लड़ाई लड़ी है सारे टीचर्स ने, आए दसो सारे इंपलॉयज़ ने कि लड़ाई लड़ के आप उन्होंने विरुद्ध लड़े है ना, तो हम विश्वास कर मसला हल करना चाहना पर थोड़ा सानू जिहड़ा समा दो टाइमिंग दे दो सर टाइम बोन कर दो टाइम दस दो सर किन्ना टाइम जुलाई का पूरा महीना ले लो सर हल कर दोगे ਤੁਸੀਂ ਵਾਦਾ ਕਰੋ ਸਾਡੇ ਨਾਲ ਮੇਰੇ ਆਫੀਸਰ ਨੂੰ ਬਿਠਾ ਕੇ ਜੋ ਵੀ ਇਹਦਾ ਪੋਸੀਬਲ ਹੈ ਮੈਂ ਕੋਈ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਜੁਲਾਈ ਦੇ ਅਸੀਂ ਪਹਿਲੇ ਆਪਦੇ ਸਾਡੇ ਅਫਸਰਾਂ ਦੀ ਮੀਟਿੰਗ ਬੁਲਾ ਕੇ ਹਾਂਜੀ ਜੋ ਵੀ ਤੁਹਾਡਾ ਪੋਸੀਬਲ ਹੈ ਇਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਾਂ ਸਰ ਜੁਲਾਈ ਦਾ ਪੂਰਾ ਮਹੀਨਾ ਲੈ ਲਓ ਜੀ ਸਰ ਵਾਦਾ ਕਰੋ ਪਰ ਸਾਡੇ ਨਾਲ ਵੀ ਤੁਹਾਡੇ ਨਾਲ ਵਾਦਾ ਰਿਹਾ ਜੁਲਾਈ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ ਸਰ ਮੈਂ ਤੁਹਾਡੇ ਵਿਸ਼ਵਾਸ ਤੇ ਸਰ ਹੁਣ ਨੀਚੇ ਆ ਜਾਣੀ ਆ ਦੇਖੋ ਠੀਕ ਹੈ ਸਰ ਜੀ ਆ ਜੀ ਕੇ ਨੀਚੇ ਸਰ ਹਾਂ ਮੈਂ ਤਾਂ ਭੈਣੇ ਤੁਹਾਨੂੰ ਕਹਿਣਾ ਹੀ ਆ ਮੈਂ ਤਾਂ ਕਹਿਣਾ ਹੀ ਆ ਭਾਈ ਟੈਂਕੀਆਂ ਦੇ ਚੜ ਕੇ ਮਸਲੇ ਥੋੜੀ ਹੱਲ ਹੋ ਸਕਦੇ ਆ ਸਰ ਦੇਖਿਓ ਕਿਤੇ ਵਾਦਾ ਨਾ ਤੋੜ ਦਿਓ ਤੁਸੀਂ ਹੁਣ ਭੈਣੇ ਮੈਂ ਤਾਂ ਤੁਹਾਨੂੰ ਕਹਿਣਾ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਹਾਂਜੀ ਮੈਮ ਅੱਜ ਤੁਸੀਂ ਟੈਂਕੀ ਦੇ ਉੱਪਰ ਚੜ੍ਹੇ ਸੀ ਬੱਚੇ ਨੂੰ ਉਤਾਰ ਕੇ ਲਿਆ ਕੀ ਵਿਸ਼ਵਾਸਨ ਦਵਾਇਆ ਗਿਆ ਇਹਨਾਂ ਦੀਆਂ ਜੋ ਮੰਗਾਂ ਹੈ ਉਹ ਹਰ ਮੰਗ ਪੂਰੀ ਹੋਊਗੀ ਮੈਨੂੰ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਹਿਣ 'ਤੇ ਮੈਂ ਇੱਥੇ ਆਈ ਸੀਗੀ ਤਾਂ ਇਹਨਾਂ ਬੱਚਿਆਂ ਦੀ ਮੀਤ ਹੇਅਰ ਜੀ ਨਾਲ ਵੀ ਗੱਲ ਕਰਵਾਈ ਹੈ ਤਾਂ ਉਹਨਾਂ ਨੇ ਵੀ ਇਹ ਆਸ਼ਵਾਸਨ ਦਿੱਤਾ ਕਿ ਅਸੀਂ ਹਾਲੇ ਕੋਈ ਅਨਾਊਂਸਮੈਂਟ ਨਹੀਂ ਕਰ ਸਕਦੇ ਕਿਉਂਕਿ ਸੰਗਰੂਰ 'ਚ ਕੋਰਟ ਲੱਗਿਆ ਹੋਇਆ ਅਸੀਂ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਬੋਰਡ ਦੀ ਮੀਟਿੰਗ ਬੁਲਾ ਕੇ ਇਹਨਾਂ ਬੱਚਿਆਂ ਦੀਆਂ ਜੋ ਮੰਗਾਂ ਉਹਨਾਂ 'ਤੇ ਜ਼ਰੂਰ ਵਿਚਾਰ ਕਰਕੇ ਇਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਊਗਾ ਕਿਵੇਂ ਦੇਖਦੇ ਹੋ ਕਿ ਪਿਛਲੇ ਇੱਕ ਹਫ਼ਤੇ ਤੋਂ ਬੱਚਿਆਂ ਟੈਂਕੀ 'ਤੇ ਨੇ ਲੋਕ ਸਭਾ ਚੋਣਾਂ ਦੇ ਲਈ ਸਾਰੇ ਮੰਤਰੀ ਪ੍ਰਚਾਰ ਕਰਦੇ ਨੇ ਪਰ ਹੁਣ ਤੱਕ ਇਹਨਾਂ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਗਿਆ ਦੇਖੋ ਮੇਰੀ ਨੌਲੇਜ ਅੱਜ ਆਇਆ ਮੈਨੂੰ ਅੱਜ ਕਿਹਾ ਗਿਆ ਤਾਂ ਮੈਂ ਅੱਜ ਨਾਲ ਦੀ ਨਾਲ ਇੱਥੇ ਆਈ ਹਾਂ ਅਸੀਂ ਕੋਈ ਵੀ ਨਹੀਂ ਚਾਹਾਂਗੇ ਕਿ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਟੈਂਕੀਆਂ 'ਤੇ ਚੜ੍ਹਨ ਪਿਛਲੀਆਂ ਸਰਕਾਰਾਂ 'ਚ ਬੱਚਿਆਂ ਨੇ ਬਹੁਤ ਜ਼ੁਲਮ ਸਹੇ ਨੇ ਬਹੁਤ ਪਰੇਸ਼ਾਨੀਆਂ ਸਹੀਆਂ ਨੇ ਇਹਨਾਂ ਬੱਚਿਆਂ ਨੇ ਆਪ ਮਿਲ ਕੇ ਸਭ ਨੇ ਆਪ ਦੀ ਸਰਕਾਰ ਲਿਆਂਦੀ ਹੈ ਠੀਕ ਹੈ ਸਮਾਂ ਜ਼ਰੂਰ ਲੱਗ ਰਿਹਾ ਕਿਉਂਕਿ ਹਾਲੇ 3 ਮਹੀਨੇ ਹੀ ਹੋਏ ਹੈ ਨਵੀਂ ਸਰਕਾਰ ਬਣੀ ਹੈ ਕੁਝ ਸਿਸਟਮ ਸੈੱਟ ਕਰਨ 'ਤੇ ਵੀ ਟਾਈਮ ਲੱਗ ਜਾਂਦਾ ਪਰ ਅੱਜ ਇਹਨਾਂ ਦੋਨਾਂ ਬੱਚੀਆਂ ਨੂੰ ਮੈਂ ਵਾਅਦਾ ਕਰਕੇ ਲੈ ਕੇ ਆਈ ਹਾਂ ਕਿ ਕਦੇ ਵੀ ਕੋਈ ਮਾਂ ਨਹੀਂ ਚਾਹੂਗੀ ਕਿ ਸਾਡੀਆਂ ਧੀਆਂ ਰੁਲਣ ਤਾਂ ਜੇ ਇਹਨਾਂ ਨੂੰ ਧੀਆਂ ਬਣਾ ਕੇ ਹੀ ਅਸੀਂ ਨੀਚੇ ਲੈ ਕੇ ਆਏ ਹਾਂ ਔਰ ਇਹਨਾਂ ਬੱਚਿਆਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਕੀਤੀਆਂ ਧੀਆਂ ਤਾਂ ਇਹਨਾਂ ਨੂੰ ਕੇਜਰੀਵਾਲ ਵੱਲੋਂ ਵੀ ਬਣਾਇਆ ਗਿਆ ਸੀ ਅੱਜ ਮੈਨੂੰ ਕੇਜਰੀਵਾਲ ਜੀ ਨੇ ਹੀ ਕਿਹਾ ਕਿ ਮੇਰੀਆਂ ਭੈਣਾਂ ਮੇਰੀਆਂ ਧੀਆਂ ਉੱਤੇ ਬੈਠੀਆਂ ਉਹਨਾਂ ਨੂੰ ਨੀਚੇ ਲੈ ਕੇ ਆਓ ਕਿਉਂਕਿ ਜੋ ਕੇਜਰੀਵਾਲ ਜੀ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਹੋਊਗਾ ਪਰ ਮੈਂ ਉਹੀ ਗੱਲ ਕਹਿ ਰਹੀ ਹਾਂ ਹਾਲੇ ਸਰਕਾਰ ਬਣੀ ਨੂੰ 3 ਮਹੀਨੇ ਹੋਏ ਹੈ ਥੋੜ੍ਹਾ ਟਾਈਮ ਜ਼ਰੂਰ ਲੱਗਦਾ ਅਤੇ ਹੁਣ ਤਾਂ ਸੰਗਰੂਰ ਵਿੱਚ ਕੋਰਟ ਲੱਗਿਆ ਹੋਇਆ ਜਲਦੀ ਹੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਮੈਡਮ ਚਰਚਾਵਾਂ ਇਹ ਵੀ ਨੇ ਵੀ ਕੱਲ੍ਹ ਕੇਜਰੀਵਾਲ ਸੰਗਰੂਰ ਆ ਸਕਦੇ ਨੇ ਉਸ ਕਰਕੇ ਹੀ ਤੁਸੀਂ ਸਾਰੇ ਧਰਨਿਆਂ 'ਤੇ ਆਸ਼ਵਾਸਨ ਦੇ ਰਹੇ ਹੋ ਕਿਉਂਕਿ 6-6 ਦਿਨ ਦੀਆਂ ਇਹ ਕੁੜੀਆਂ ਉੱਤੇ ਬੈਠੀਆਂ ਨੇ ਤੁਹਾਡੇ ਤਹਿਸੀਲਦਾਰ ਤੱਕ ਲੈਵਲ ਦਾ ਕੋਈ ਅਫਸਰ ਪੁੱਛਣ ਨਹੀਂ ਆਇਆ ਹਾਲੇ ਤੱਕ ਮੈਨੂੰ ਇੱਕ ਗੱਲ ਦੱਸੋ ਕਿ ਕੇਜਰੀਵਾਲ ਜੀ ਨੇ ਕੱਲ੍ਹ ਹੀ ਇੱਥੇ ਪੰਜਾਬ ਵਿੱਚ ਆਉਣਾ ਫਿਰ ਨਹੀਂ ਆਉਣਾ ਫਿਰ ਨਹੀਂ ਇਲੈਕਸ਼ਨ ਆਉਣੇ ਇਹ ਗੱਲਾਂ ਕਿਉਂ ਨਹੀਂ ਤੁਹਾਨੂੰ ਇਹ ਗੱਲ ਨਹੀਂ ਉਹ ਕਹਿੰਦੇ ਪਹਿਲਾਂ ਜਿੰਪਾ ਜੀ ਵੀ ਮਿਲ ਕੇ ਗਏ ਨੇ ਸਾਡੇ ਰੈਵਨਿਊ ਮਿਨਿਸਟਰ ਵੀ ਆ ਕੇ ਗਏ ਨੇ
मिल के गए ने। मैंने मेरी ड्यूटी अज लगी है, मैं अज संगरूर आई, मैनू अज भेजा गया। तो ये गल नहीं है कि अज के कल केजरीवाल जी ने आना इस करके भेजा गया। केजरीवाल जी तो पंजाब फिर भी आते रहेंगे, तो इलैक्शन भी फिर आते रहेंगे, पर जो साड़िया बच्चिया उत्ते बैठी अच्छ सूँ पता लग्या असी एक बच्चों साड़िया नीचे लैके आए हैं। मीत हेर जी भी गल करवा दी गई है और बहुत जल्दी इन्हों जो मंग है वो पूरी की जाएगी। सर मेरा नाम सिप्पी शर्मा है, मैं सोहाणा साहब मोहाली भी 3 महीने पानी की टैंकी से बैठी सी, उत्थे भी केजरीवाल जी ने ते भगवंत मान जी ने मैनू मूँह गली भैन बोले से नीचे तारण का विश्वास लिया कि साड़ी सरकार आते तोड़ी भर्ती की जाएगी। तो अज सिक्ख्या मंत्री जी ने ते मैम ने मैनू सानू धी क्या अपनी, तो सिक्ख्या मंत्री ने विश्वास दिलाया कि अपने कोड कनैक्ट तो बाद तोड़ी भर्ती हो जाएगी। जुलाई के पहले हफ्ते से असी तोड़ा कम करना शुरू कर देंगे। ठीक है जी, जुलाई के पहले हफ्ते थोड़ा काम होना शुरू हो जाएगा, भी वोटा करके भी हम कोर्ट कनैक्ट लगेगा, असं कोई वादा नहीं कर सकते। ठीक है जी, उन्होंने कहा, पर सानू यह वादा भी दिलाया उन्होंने कि तोड़ी भर्ती असं जल्द करांगे। एक पासे तो तुसी कहंदे हो कि मीथेर दी भी जिहड़े DGSC प्रदीप अग्रवाल सुनदे नहीं, फिर हुण मीथेर किस तरह आश्वासन तुहानूं दे रहे हैं? सर देखो, फोन ते उन्हें विश्वास दिलाया मीडिया सामने आ, जे ना करनगे फिर सर टैंकियां कोई दूर नहीं हैगियां, फिर चढ़ जांगे। ना असीं किसे तों पुछ के चढ़दी आ सर, मैं ना मैं किसे तों पुछ के उतरदी आ। जिम्पा जी नाल पहलां वी उन्होंने फोन ते गल कीती सी, हांजी, जे 3-4 दिन पहला दी गल करिए उदों वी तुहाडे तक गल पहुंची सी, उदों नहीं तुसी उतरे, अज उतरे हो, इह जिहा किहड़ा आश्वासन? सर उदों सानू सर ने जो सर आए सी आम पार्टी दे, उन्होंने सानू कोई इदां दा विश्वास नहीं दिलाया सी। भगवंत मान जी भी मीटिंग हुई है सर। वाहेगुरु मेहर करे कि साडा जल्दी जल्दी फैसला हो जाए, मसला इन्हां दा हल हो जाए। आम आदमी पार्टी मसले हल करन आई है। ठीक है, समा जरूर लग रहा है, नवी सरकार बनी है, जिवें कहिंदे ना आपां नवें घर च शिफ्ट होंदे आ, 2-3 महीने तां इह नहीं पता लगदा किहड़ा समान किहड़े खुंजे च रखीए, तां उह चीज़ है भी 3 महीने होए है, थोड़ा जिहा समा लगेगा, पर इह बच्चिआं नूं अज आश्वासन दवाया कि जुलाई दे पहले हफ्ते बोर्ड दी मीटिंग बिठा के इन्हां दे मसले हल करांगे। एमएलए साहब, जुलाई दी गल कीती गई है पहले हफ्ते दी, जिथे भगवंत मान साहब दे बाहर धरने लगे ने, ਉਹਨਾਂ ਨੂੰ ਵੀ 1 ਜੁਲਾਈ ਦਿੱਤੀ ਗਈ ਹੈ ਕਿ ਸਾਰਾ ਕੁਝ ਜੁਲਾਈ 'ਚ ਹੀ ਹੋ ਜਾਣਾ। ਦੇਖੋ ਹੁਣ ਕੋਰਟ ਲੱਗਿਆ ਹੋਇਆ, ਕੋਰਟ 'ਚ ਕਿੱਥੇ ਹੋਊਗਾ? ਜਿੰਨਾ ਚਿਰ ਕੋਰਟ ਹੈ ਉਹਨਾਂ ਚਿਰ ਅਸੀਂ ਕੁਝ ਕਰ ਨਹੀਂ ਸਕਦੇ, ਕੋਰਟ ਤੋਂ ਬਾਅਦ ਹੀ ਕਰਾਂਗੇ ਨਾ। ਇਸ ਕਰਕੇ ਰਾਜਨੀਤੀ 'ਚ ਵੋਟਾਂ ਫਿਰ ਨਹੀਂ ਆਉਣੀਆਂ, ਕੇਜਰੀਵਾਲ ਜੀ ਨੇ ਫਿਰ ਨਹੀਂ ਆਉਣਾ, ਭਗਵੰਤ ਮਾਨ ਜੀ ਨੇ ਫਿਰ ਨਹੀਂ ਆਉਣਾ, ਇਹ ਨਹੀਂ ਹੁੰਦਾ। ਜੇ ਪੰਜਾਬ 'ਚ ਸਰਕਾਰ ਬਣਾਈ ਹੈ, ਲੋਕਾਂ ਨੇ ਬਣਾਈ ਹੈ, ਲੋਕਾਂ ਦੀ ਸਰਕਾਰ ਹੈ, ਮੂੰਹ ਤਾਂ ਲੋਕਾਂ ਨੂੰ ਹੀ ਦਿਖਾਉਣਾ ਨਾ। ਇਹ ਚੀਜ਼ਾਂ ਨਹੀਂ ਹੁੰਦੀਆਂ ਕਿ ਵੋਟਾਂ ਕਰਕੇ ਹਰ ਚੀਜ਼ ਵੋਟਾਂ ਕਰਕੇ ਹੁੰਦੀ ਹੈ। ਹੁਣ ਤਾਂ ਤੁਹਾਡੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਸੀ, ਖੁੱਲੀ ਕਿਤਾਬ ਸੀ, ਉਹਨੇ ਮੀਡੀਆ ਦੀ ਐਂਟਰੀ 'ਤੇ ਵੀ ਬੈਨ ਲਾਤਾ ਆਪਣੇ ਪ੍ਰੋਗਰਾਮਾਂ 'ਚ, ਕਿ ਡਰ ਸਤਾ ਰਿਹਾ ਪਾਰਟੀ ਨੂੰ ਕਿ ਵਿਰੋਧ ਹੋ ਰਹੇ ਨੇ, ਮੀਡੀਆ ਕਵਰ ਕਰ ਰਹੀ ਹੈ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਕਿਤੇ ਜਿੱਥੇ ਵਿਰੋਧ ਹੋ ਰਿਹਾ, ਸਾਡੇ ਕੋਲੇ ਤਾਂ ਨਹੀਂ ਪਤਾ ਲੱਗਿਆ ਸਾਰੇ ਲੋਕ ਸਾਡੇ ਤੋਂ। ਹੁਣ ਤੁਹਾਡੇ ਪ੍ਰੋਗਰਾਮਾਂ 'ਚ ਬੈਨ ਹੈ ਮੀਡੀਆ ਦੀ ਐਂਟਰੀ, ਕੱਲ੍ਹ ਸੰਗਰੂਰ ਬਰਨਾਲਾ ਸਾਰੇ ਪਾਸੇ ਮੀਡੀਆ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਬੈਨ ਐਂਟਰੀ। ਦੇਖੋ, ਜਿਸ ਚੀਜ਼ ਦੀ ਨੌਲੇਜ ਨਹੀਂ ਹੈ ਮੈਂ ਉਸ ਵਾਸਤੇ ਨਹੀਂ ਕੁਝ ਕਹਿ ਸਕਦੀ, ਅਤੇ ਅੱਜ ਪਰ ਮੀਡੀਆ ਮੈਂ ਆਈ ਹਾਂ ਅਤੇ ਮੇਰਾ ਮੀਡੀਆ ਮੇਰੇ ਭਰਾ ਨੇ ਜਿਹੜੇ ਕਿ ਸਾਨੂੰ ਸਾਰਾ ਆਈਨਾ ਦਿਖਾਉਂਦੇ ਨੇ ਨਾਲ, ਨਹੀਂ ਅਸੀਂ ਤਾਂ ਹਮੇਸ਼ਾ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ।